ਇਹ ਜੀ ਸਾਡੇ ਪਿੰਡ ਰਾਤ ਤਕਰੀਬਨ 11:30 ਵਜੇ ਤਿੰਨ ਚੋਰ ਆਪਣੇ ਮੁੱਖ ਗੇਟ ਥਾਣੀ ਗੁਰਦੁਆਰਾ ਸਾਹਿਬ ਦਾਖਲ ਹੋਏ ਆ। ਇਹਨਾਂ ਆਣ ਕੇ ਜਿਹੜੀ ਆਪਣੀ ਗੋਲਕ ਆ ਉਹ ਸਬਲਾਂ ਨਾਲ ਪੁੱਟ ਕੇ ਤੇ ਉਹ ਚੋਂ ਤਕਰੀਬਨ 1.5 ਲੱਖ ਰੁਪਇਆ ਲੈ ਕੇ ਫਰਾਰ ਹੋ ਗਏ ਆ। ਸੋ ਮੁੜ ਕੇ ਬਾਅਦ ਵਿੱਚ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਤੇ ਉਹ ਆਏ ਤੇ ਬਾਅਦ 'ਚ ਉਹਨਾਂ ਸਾਨੂੰ ਵਿਸ਼ਵਾਸ ਦਿਵਾਇਆ ਵੀ ਜਲਦੀ ਜਲਦੀ ਇਹ ਬੰਦੇ ਟਰੇਸ ਕੀਤੇ ਜਾਣਗੇ ਤੇ ਸਾਡੀ ਸਰਕਾਰ ਤੋਂ ਵੀ ਮੰਗ ਆ ਵੀ ਜਿਹੜੀਆਂ ਇਹ ਘਟਨਾਵਾਂ ਗੁਰਦੁਆਰਾ ਸਾਹਿਬ ਵਿੱਚ ਬਹੁਤ ਜ਼ਿਆਦੀਆਂ ਵੱਧ ਗਈਆਂ ਵਾ ਤੇ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਵੀ ਇਹਨਾਂ ਨੂੰ ਠੱਲ ਪਾਈ ਜਾਵੇ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਕਿ ਸਾਡਾ ਜੋ ਵੀ ਇਹ ਕਾਰਵਾਈ ਜਲਦੀ ਕਰਕੇ ਤੇ ਬੰਦੇ ਟਰੇਸ ਕੀਤੇ ਜਾਣ ਤੇ ਸਾਨੂੰ ਹੱਕ ਦਿਵਾਇਆ ਜਾਵੇ। ਵੀ ਉਹ ਆਪਣੇ ਮੂੰਹ ਬੰਨ ਕੇ ਆ ਜਾਂਦੇ ਨੇ ਅਤੇ ਉਹ ਆਪਣਾ ਕੈਮਰੇ ਵੱਲ ਮੂੰਹ ਨਹੀਂ ਕਰਦੇ ਅਤੇ ਦੂਰ ਰਹਿੰਦੇ ਨੇ। ਉਹ ਚੋਰ ਇਹ ਪੂਰੇ ਖਿਡਾਰੀ ਨੇ ਕਿਉਂਕਿ ਜਿਹੜਾ ਕਿਸੇ ਕੰਮ 'ਚ ਪੈਂਦਾ ਉਹਨੂੰ ਆਪਣੀ ਤਜਰਬਾ ਹੋ ਜਾਂਦਾ ਵਾ ਅਤੇ ਉਹਨਾਂ ਆਪਣਾ ਮੂੰਹ ਜਿਹੜਾ ਕੋਈ ਲਾਗੇ ਨੇੜੇ ਕੈਮਰੇ 'ਤੇ ਨਹੀਂ ਕਰਦੇ, ਉਹ ਪਰਾਂ ਨੂੰ ਮੂੰਹ ਕਰਕੇ ਆਪਣੇ ਗੋਲਕ ਵੱਲ ਨੂੰ ਅਤੇ ਉਹ ਜੋ ਰਾਸ਼ੀ ਆ ਧਨ ਆ ਪੈਸਾ ਉਹ ਸਾਰਾ ਇੱਥੋਂ ਕੱਢ ਕੇ ਲੈ ਗਏ ਨੇ। ਇਹ ਬਹੁਤ ਮਾੜੀ ਗੱਲ ਆ ਅਤੇ ਇਹ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਹਾਂ ਸਰਕਾਰ ਨੂੰ ਕਿ ਸਖ਼ਤ ਤੋਂ ਸਖ਼ਤ ਇਹਨਾਂ ਵਿਅਕਤੀਆਂ ਨੂੰ ਸਜ਼ਾ ਦਿੱਤੀ ਜਾਵੇ ਅਤੇ ਫਿਰ ਨਹੀਂ ਤਾਂ ਸਾਡੇ ਗੁਰੂ ਘਰਾਂ ਦਾ ਇਹ ਬਹੁਤ ਬਰਬਾਦੀ ਹੋ ਰਹੀ ਆ। ਅਤੇ ਇਸੇ ਤਰ੍ਹਾਂ ਸਰੂਪਾਂ ਦੇ ਵੀ ਕਈਆਂ ਥਾਵਾਂ 'ਤੇ ਘਟਨਾਵਾਂ ਸੁਣੀਆਂ ਗਈਆਂ ਵਾਂ ਅਤੇ ਬਹੁਤ ਮਾੜੀ ਗੱਲ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।